ਅਮੀਰ ਆਈ ਕਿ ਮੇਰੇ ਇਸ ਬਾਦਸ਼ਾਹ ਦੀ ਇੱਕ ਧੀ ਦੇ ਦਾਜ ਲੁੱਟਣ ਵਾਸਤੇ 9 ਲੱਖ ਨੂੰ ਪੂਰੇ 3 ਘੰਟੇ ਲੱਗ ਗਏ। ਤੂੰ ਨਰੋ, ਤੇਰੀ ਆਪਣੀ ਮਰਜ਼ੀ। ਬਹੁਤ ਵੱਡਾ ਅਮੀਰ ਆਈ ਆ ਮੇਰੇ ਬਾਦਸ਼ਾਹ ਹੁਸੈਨ। 2 ਕੁੱਠੇ ਹੋਏ ਪੁੱਤਰ ਸ਼ਬੀਰ ਚਾਹੇ ਵਿੱਚ ਕਰਬਲ ਦੇ ਮੈਦਾਨੇ। ਇੱਕ ਰਾਤ ਦਾ ਪਰਨਾ ਸਹਿਰਿਆ ਵਾਲਾ, ਦੂਜਾ ਸੋਹਣਿਆਂ ਦਾ ਸੁਲਤਾਨ। ਜਿਹੜੇ ਰੰਗ ਮਹਿਲਾ ਕੁਆਰੀ, 2 ਕੁੱਠੇ ਹੋਏ ਪੁੱਤਰ ਸ਼ਬੀਰ ਚਾਹੇ ਵਿੱਚ ਕਰਬਲ ਦੇ ਮੈਦਾਨੇ। ਇੱਕ ਰਾਤ ਦਾ ਪਰਨਾ ਸਹਿਰਿਆ ਵਾਲਾ, ਦੂਜਾ ਸੋਹਣਿਆਂ ਦਾ ਸੁਲਤਾਨ। ਮੈਂ ਦੱਸਾਂ ਚਾਚਾ ਜੀ, ਸੈਯਦ ਬਾਦਸ਼ਾਹ ਨੇ ਚਾਹਿਆ ਕਿਵੇਂ? ਕਾਸਿਮ ਦੀ ਲਾਸ਼ ਨੂੰ ਇੰਜ ਚਾਹਿਆ, ਹਾਏ ਹਾਏ, ਜਿਵੇਂ ਕਾਰੀ ਚਾਹੇ ਕੁਰਾਨ। ਅਕਬਰ ਤੂੰ ਚਾਹਦੇ ਢਿੱਲ ਲੱਗ ਗਈ, ਪਿਓ ਬੁੱਢੜਾ ਪੁੱਤਰ ਜਾ। ਸਿਹਰੇ ਪੈਂਦੇ ਖਾਰੇ ਚਿੜਦੇ, ਸ਼ਾਲਾ ਪੁੱਤਰ ਨਾ ਮਰਨ ਕਹੀਂ ਦੇ। ਜਿਹੜੇ ਬਜ਼ੁਰਗ ਬੈਠੇ ਹੋ, ਤਸਦੀਕ ਕਰੇ ਸੋ, ਹੁੰਦੇ ਘੱਟ ਜੀਵਣ ਊ ਮਾਂ ਪਿਓ ਦਾ, ਜਾਂਦੇ ਪੁੱਤਰ ਮਰਨ ਪਰ ਨੀਂਦ। ਹੱਥ ਨਾ ਜੋੜੋ, ਨਿਆ ਦੇ ਬੋਲ। ਸਿਹਰੇ ਪੈਂਦੇ ਖਾਰੇ ਚੜਦੇ, ਸ਼ਾਲਾ ਪੁੱਤਰ ਨਾ ਮਰਨ ਕਹੀਂਦੇ। ਆਉਂਦੇ ਘੱਟ ਜੀਵਣ ਊ ਮਾਂ ਪਿਓ ਦਾ, ਜਾਂਦੇ ਪੁੱਤਰ ਮਰਨ ਪਰ ਨੀਂਦੇ। ਤੁਸੀਂ ਤਿਆਰੀ ਕਰ ਲਈ, ਮੈਂ ਸੈਯਦਾਂ ਹੱਥ ਜੋੜੀ ਖੜਾ। ਅੱਜ ਸ਼ਹਾਦਤ ਦਾ ਦਿਨ ਨੇ, ਮੇਰੇ ਵਾਸਤੇ ਨਹੀਂ, ਆਪਣੇ ਵਾਸਤੇ। ਮੇਰੇ ਨਾਲ ਸ਼ਾਮਿਲ ਹੋਵੋ ਤਾਂ ਕਿ ਮਲਕੇ ਸ਼ਾਮ ਨੂੰ ਮੁਕਾਣ ਦੇਵੀਏ। ਤੁਸੀਂ ਸਮਝ ਗਏ ਹੋ ਮੈਂ ਕਹਿੰਦਾ ਜ਼ਿਕਰ ਕਰਨ ਲੱਗਾ। ਮੈਂ ਊ ਬਨਰੇ ਦਾ ਵਾਕਿਆ ਪੜਦਾ, ਜੈ ਖੂਨ ਦੀ ਮਹਿੰਦੀ ਲਾਈ, ਜਿਹਦੀ ਲਾਸ਼ ਅਨੋਖੇ ਬੰਦੇ ਵਿੱਚ ਸ਼ਾਰੇ ਤੂਆਣ ਉਠਾਈ, ਜਿਹਦੀ ਅਮੜੀ ਪੁੱਛਿਆ ਮੇਰਾ ਕਾਸਿਮ ਕਿਨ ਗਏ, ਸ਼ਾਗੰਡੜੀ ਖੋਲ ਦਿਖਾਈ, ਬੀਬੀ ਮੂੰਹ ਬਚੜੇ ਦਾ ਚੁੰਮਣ ਲੱਗੀ, ਤਸਵੀਰ ਨਜ਼ਰ ਨਾ ਆਈ। ਮੈਂ ਤਾਂ ਸੈਯਦ ਹੋ ਕੇ ਮਿਹਨਤ ਹੀ ਕਰ ਸਕਦਾ ਹਾਂ ਕਿ ਮੇਰੇ ਨਾਲ ਸ਼ਾਮਿਲ ਹੋਵੋ। ਜਿਹੜਾ ਅਮੀਰ ਬਣ ਕੇ ਆਇਆ ਉਹਦਾ ਆਪਣਾ ਮੁਕੱਦਰ, ਜਿਹੜਾ ਅੱਜ ਦੇ ਦਿਨ ਗਰੀਬ ਬਣ ਕੇ ਆਇਆ ਉਹ ਪੁਰਸਾ ਜ਼ਰੂਰ ਦੇਸੀ। ਕਈ ਦਫ਼ਾ ਕਾਸਿਮ ਇਜਾਜ਼ਤ ਗਿਧੀਏ, ਸਦਕੇ ਥੀਵਾਂ ਸਦਕੇ ਥੀਵਾਂ, ਹਸਨ ਦੇ ਯਤੀਮ ਦਾ ਜ਼ਿਕਰ ਇਹ ਸ਼ਾਮਿਲ ਹੋਵੇਂ। ਕਈ ਦਫ਼ਾ ਇਜਾਜ਼ਤ ਗਿਧੀਏ, ਬਿਸਮਿਲ੍ਲਾ ਕਰਾਂ, ਇਜਾਜ਼ਤ ਨਹੀਂ ਮਿਲੀ। ਮਾਂ ਦੇ ਸਾਹਮਣੇ ਆਇਆ, ਮਾਂ ਦੇਖ ਕੇ ਆਦੀਏ ਕਾਸਿਮ, ਅਕਬਰ ਦੀ ਲਾਸ਼ ਆ ਗਈ, ਤੂੰ ਅਜੇ ਜੀਂਦਾ ਖੜੇ। ਮਾਂ ਤੋਂ ਦੇਖ ਕੇ ਆਦੇ ਅੰਮਾ, ਚਾਚਾ ਇਜਾਜ਼ਤ ਨਹੀਂ ਦਿੰਦਾ। ਬੀਬੀ ਨੇ ਕਾਸਿਮ ਦਾ ਹੱਥ ਨਪਿਆ, ਆਦੀ ਆ ਮੇਰੇ ਨਾਲ ਕਰੀਮ ਕਰਬਲਾ ਦੇ ਖੈਮੇ ਵਿੱਚ ਐਨ। ਬੀਬੀ ਆਦੀ ਕਾਸਿਮ ਲਾਲ, ਇਹ ਜਿਹੜਾ ਤੇਰੇ ਮੋਢੇ ਨਾਲ ਤਾਵੀਜ਼ ਹੈ ਨਾ, ਇਹ ਤਾਵੀਜ਼ ਜ਼ਰਾ ਲਹਾ ਕੇ ਮੈਨੂੰ ਦੇ ਨਾ। ਕਾਸਿਮ ਨੇ ਲਹਾ ਕੇ ਦਿੱਤੇ, ਜ਼ਿੰਦਗੀ ਹੋਵੇ ਤੇਰੀ ਮਾਤਮੀ। ਕਰੀਮ ਕਰਬਲਾ ਨੂੰ ਦਿੱਤੇ, ਸੈਯਦ ਨੇ ਤਾਵੀਜ਼ ਖੋਲੇ, ਤਾਵੀਜ਼ ਨਹੀਂ ਇੱਕ ਵਸੀਅਤ ਆਈ, ਲਿਖਿਆ ਹੋਇਆ ਈ ਹੁਸੈਨ ਵੀਰ, ਜਿਹੜੇ ਵੇਲੇ ਡਾਵੀਂ ਦਾ ਡੀ ਚੜ ਵਜੇ, ਤੇਰੇ ਬਾਲ ਤੇ ਲੁੱਟ ਪੈ ਵਜੇ, ਮਾਂ ਤੇ ਪੁੱਤਰ ਤੇਰੇ ਕੋਲੋਂ ਇਜਾਜ਼ਤ ਖਿੰਡਣ ਆਵੇਨ, ਮੇਰੇ ਕਾਸਿਮ ਨੂੰ ਰੋਕੇ ਨਹੀਂ। ਸਦਕੇ 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 ਸਦਕੇ, ਤਿਆਰੀ ਕਰੋ ਤਿਆਰੀ ਕਰੋ, ਮਾਤਮ ਕਰੇ ਦਿਓ, ਸਾਰੇ ਮਾਤਮੀ ਬੈਠੇ ਹੋ। ਸੈਯਦ ਆਦਿਨ ਮਾਂਝ ਮੇਰਾ ਲਾਲ,
ਮੇਰੀ ਤਰਫੋਂ ਇਜਾਜ਼ਤ ਹੈ। ਵਨ ਆਏ ਖੈਮਾ ਦੇ ਵਿੱਚ ਵਿਦਾ ਕੀਤਾ, ਘੋੜੇ ਤੇ ਸਵਾਰ ਹੋਇਆ। ਜਿਹੜੇ ਬਜ਼ੁਰਗ ਬੈਠੇ ਹੋ ਜਾਣਦੇ ਹੋ, ਜਿਹੜੇ ਬੱਚੇ ਬੈਠੇ ਨੇ ਇਹਨਾਂ ਨੂੰ ਸਮਝਾਉਣ ਵਾਸਤੇ, 13 ਸਾਲ ਦਾ ਸਨ ਨੇ ਸ਼ਹਿਜ਼ਾਦੇ ਦਾ, ਘੋੜੇ ਤੇ ਸਵਾਰ ਹੋਏ, ਦੋ ਹੱਥ ਮੱਥੇ ਤੇ ਰੱਖਸ, ਰੋ ਕੇ ਆਦੇ, ਮੇਰੀਆਂ ਮਾਵਾਂ, ਮੇਰੀਆਂ ਭੈਣੀ, ਮੇਰੀਆਂ ਪੁੱਤੀਆਂ, ਕਾਸਿਮ ਦਾ ਆਖਰੀ ਸਲਾਮ। ਸਦਕੇ 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 ਕਾਸਿਮ ਦਾ ਆਖਰੀ ਸਲਾਮ। ਮੈਦਾਨ 'ਚ ਆਏ, ਮੁੱਕ ਗਈ ਮੇਰੀ ਤਮਹੀਦ, ਵਹਿਣਾ ਦੇ ਕਰੀਬ ਆ ਗਈਆਂ ਮੈਂ। ਮੇਰਾ ਸਵਾਲ ਹੈ ਮੁਲਤਾਨ ਦੇ ਅਜ਼ਾਦਾਰ, ਮੈਨੂੰ ਦੱਸੋ ਇਹ ਸ਼ਹਿਜ਼ਾਦਾ ਕਹਿੰਦਾ ਸ਼ਾਗਿਰਦਾ ਜੀ, ਜ਼ਿੰਦਗੀ ਹੋਵੇ ਤੁਹਾਡੀ, ਜ਼ਿੰਦਗੀ ਹੋਵੇ, ਰੱਬੇ ਵਫਾ ਬਾਦਸ਼ਾਹ ਦਾ ਸ਼ਾਗਿਰਦ, ਵਫਾ ਦੇ ਖਾਲਿਕ ਦਾ ਸ਼ਾਗਿਰਦ। ਕਈ ਬੇਗੈਰਤਾਂ ਨੂੰ ਫਿਨਾਰ ਕੀਤਾ, ਵੱਡੇ ਵੱਡੇ ਪਹਿਲਵਾਨਾਂ ਨੂੰ ਜਹੰਨਮ ਪਹੁੰਚਾਇਆ ਫੈਜ਼ਾਨ। ਗਾਜ਼ੀ ਮੌਲਾ ਇੱਕ ਉੱਚੇ ਜਿਹੇ ਟਿੱਬੇ 'ਤੇ ਖੜੋ ਕੇ ਦੱਸੇਂਦੇ ਪੈਣ, ਕਾਸਿਮ ਇਵੇਂ ਜੰਗ ਕਰਨੀ ਹੈ, ਕਾਸਿਮ ਇਵੇਂ ਵਾਰ ਕਰਨੀ, ਕਾਸਿਮ ਇਵੇਂ ਲੜਨੀ। ਜਿਹਨੇ ਬੇਗੈਰਤ ਖੜ ਨਹੀਂ ਸਕੇ ਨਾ, ਇਹਨਾਂ ਬੇਗੈਰਤਾਂ ਯੱਕ ਬਾਰ ਹਮਲਾ ਕੀਤਾ। ਮੈਂ ਫਕੀਰ ਜਾਂ ਸੈਦ ਹਾਂ, ਮੈਂ ਵਹਿਣ ਦੇ ਬਿਲਕੁਲ ਕਰੀਬ ਆ ਗਈ ਹਾਂ, ਅਤੇ ਮੈਂ ਤੁਹਾਡੇ ਚਿਹਰੇ ਪੜ੍ਹਦਾ ਪਈ ਹਾਂ ਕਿ ਕਿਹੜੇ ਅਜ਼ਾਦਾਰ ਮੁਕਾਨ ਡੇਵਣ ਦੀ ਤਿਆਰੀ 'ਚ ਨੇ। ਜਿਹੜੇ ਹੈ ਨਹੀਂ ਕੀਤੀ, ਕੋਈ ਤੀਰ ਮਰੇਂਦਾ, ਕੋਈ ਤਲਵਾਰ ਮਰੇਂਦਾ, ਕੋਈ ਪੱਥਰ ਮਰੇਂਦਾ, ਜਿਹਨੂੰ ਕੁਝ ਨਹੀਂ ਲੱਭਦਾ ਉਹ ਰੇਤ ਸਟੇਂਦਾ। ਇਹ ਹੁਣ ਰੁਣੇ ਹੋ, ਹੁਣ ਤਿਆਰੀ ਕੀਤੀ ਹੈ ਤੁਸੀਂ। ਹਸਨ ਦਾ ਯਤੀਮ ਬਹੁ ਔਖਾ ਜ਼ੀਨ ਤੂੰ ਜ਼ਮੀਨ ਤੇ ਆਇਆ, ਜ਼ਿੰਦਗੀ ਹੋਵੇ ਤੁਹਾਡੀ, ਜ਼ਿੰਦਗੀ ਹੋਵੇ ਜਿਹੜੇ ਹੈ ਕੀਤੀ ਹੈ। ਜ਼ੀਨ ਤੂੰ ਪੱਤੋ ਉਸ ਮਾਂ ਨੂੰ ਏ ਜਿਹੜੀ ਪਲੇਂਦੀ ਰਹੀ ਏ। ਚਾਚਾ ਜੀ ਕਰਬਲਾ ਦੇ ਮੈਦਾਨ ਵਿੱਚ ਜਿਤਨੇ ਵੀ ਸ਼ਹੀਦ ਹੋਏ ਨਾ, ਜ਼ਿੰਦਗੀ ਹੋਵੇ ਤੇਰੀ ਮਾਤਮੀ, ਜਿਹੜਾ ਸ਼ਹੀਦ ਵੀ ਦੀਨ ਛੋੜਿਆ ਨਾ, ਕਰੀਮੇ ਕਰਬਲਾ ਨੂੰ ਅਕਲ ਮਾਰਿਆ, ਰੋ ਕੇ ਆਖਿਆ ਮੌਲਾ ਮੈਂ ਲੈ ਗਈਆਂ, ਕੋਈ ਆਖਿਆ ਬਾਬਾ ਮੇਰਾ ਆਖਰੀ ਸਲਾਮ। ਕਰਬਲਾ ਦੇ ਮੈਦਾਨ ਵਿੱਚ ਕਾਸਿਮ ਵਾਹਿਦ ਸ਼ਹੀਦ ਜਿਹੜੇ ਵੇਲੇ ਦੀਨ ਛੋੜੀਏ, ਕਰੀਮੇ ਕਰਬਲਾ ਨੂੰ ਨਹੀਂ ਛੱਡਿਆ ਬਲਕਿ ਖੈਮਾ ਦੇ ਪਾਸੇ ਦੇਖ ਕੇ ਦੋ ਹੱਥ ਮੱਥੇ ਤੇ ਰੱਖ ਕੇ ਆਦੇ, ਅੰਮਾ ਪੁੱਤਰ ਦਾ ਆਖਰੀ ਸਲਾਮ, ਅੰਮਾ ਪੁੱਤਰ ਦੀਨ ਛੋੜੀ ਵੈਂਦੀ, ਅੰਮਾ ਮੇਰੇ ਤੇ ਰਾਜ਼ੀ ਰਾਵੇ। ਜ਼ੀਨ ਛੋੜੀ ਇਸ ਬਜ਼ੁਰਗਾਂ ਦੇ ਜੁਮਲੇ, ਮੈਂ ਵਹਿਣ ਦੇ ਕਰੀਬ ਆਵਾਂ, ਮੁਕਾਵਾਂ ਤੇਰੀ ਇੰਤਜ਼ਾਰ। ਜ਼ੀਨ ਛੋੜੀ ਇਸ ਬਜ਼ੁਰਗ ਜ਼ਾਕਿਰ ਪੜ੍ਹਦੇ ਹਨ, ਕਰੀਮੇ ਕਰਬਲਾ ਨੇ ਮੈਦਾਨ ਵਿੱਚ ਵਹਿੰਦਿਆਂ ਕੋਈ ਢਿੱਲ ਨਹੀਂ ਲਾਈ, ਬਹੁਤ ਜਲਦੀ ਕੀਤੀ ਹੈ। ਫਾਸਲਾ ਵੀ ਬਜ਼ੁਰਗ ਜ਼ਾਕਿਰ ਪੜ੍ਹਦੇ ਹਨ ਕਿ ਥੋੜ੍ਹਾ ਜਿਹਾ ਆਏ, ਉਹ ਆਦਿਨ ਮਜ਼ਲੂਮੇ ਕਰਬਲਾ ਨੇ ਮੈਦਾਨ ਵਿੱਚ ਵਹਿੰਦਿਆਂ ਕੋਈ ਢਿੱਲ ਨਹੀਂ ਲਾਈ, ਲੇਕਿਨ ਤਾਰੀਖ ਆਦੀ ਹੈ ਸ਼ਬੀਰ ਦੇ ਪਹੁੰਚਣ ਤੋਂ ਪਹਿਲੇ ਭੱਜ ਗਏ ਅਨਲਾਸ਼ ਦੇ ਘੋੜੇ, ਅਜਵਾ ਦੇ ਰਾਵੀ ਕਾਸਿਮ ਦੇ ਨਾ ਹੈਨ ਸਲਾਮਤ ਜੋੜੇ, ਬਸ ਇੱਕ ਇੱਕ ਬੰਦ ਨੋਸ਼ਾ ਕਾਸਿਮ ਦਾ ਦਿੱਤਾ ਸੁਮ ਘੋੜਿਆ ਨੇ ਤਰੋੜੇ, ਮੈਂ ਸਦਕ ਤਿਵਾ ਪਿਊ ਅਕਬਰ ਦਾ ਵਧੇ ਲਾਸ਼ ਦੇ ਟੁਕੜੇ ਜੋੜੇ। ਸਦਕੇ 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 ਮੈਂ ਸਦਕੇ ਮੇਰਾ ਮਜ਼ਲੂਮ ਇਮਾਮ ਮੈਦਾਨ 'ਚ ਆਇਆ। ਮਾਤਮੀ ਚਾਦਰ ਕਮਰ ਨਾਲ ਬੱਧੀਏ ਬਿਲਾ ਤਸ਼ਬੀਹ, ਚਾਦਰ ਬੱਧ ਕੇ ਬਜ਼ੁਰਗੋ ਮੇਰੇ ਮਜ਼ਲੂਮ ਇਮਾਮ ਨੇ ਇੱਕ ਲੜ ਵਧਾਏ,
ਕਿਹੜਾ ਬੰਦਾ ਹੈ ਜਿਹੜੇ ਨੂੰ ਸਮਝ ਨਹੀਂ ਆਈ, ਕਿਹੜਾ ਬੰਦਾ ਹੈ ਜਿਹੜੇ ਨੂੰ ਸਮਝ ਨਹੀਂ ਆਈ, ਇਹ ਲੜ ਕਿਉਂ ਵਧਾਇਆ ਮੇਰੇ ਮਜ਼ਲੂਮ ਇਮਾਮ ਨੇ। ਅਕਲ ਮਾਰ ਗਿਆ ਦੇ ਕਾਸਿਮ ਲਾ ਕਿਤ ਜਣੇ ਮੇਰੇ ਨਾਲ ਬੋਲ, ਸਯਦਾ ਦੇ ਕਾਸਿਮ ਲਾਲ ਤੂੰ ਜਾਣਦੇ ਅਕਬਰ ਦੇ ਬਾਦ ਮੇਰੀ ਅੱਖੀਂ ਦਾ ਨੂਰ ਮੁੱਕ ਗਈ ਏ, ਸਯਦਾ ਦੇ ਕਾਸਿਮ ਲਾਲ ਤੂੰ ਜਾਣਦੇ ਅਕਬਰ ਦੇ ਬਾਦ ਮੈਨੂੰ ਨਜ਼ਰ ਕੁਝ ਨਹੀਂ ਆਉਂਦਾ, ਸਯਦਾ ਦੇ ਕਾਸਿਮ ਮੇਰੇ ਨਾਲ ਬੋਲ, ਤੇਰਾ ਗਰੀਬ ਚਾਚਾ ਚਾਚਾ ਜੀ ਸੱਜੂ ਆਵਾਜ਼ ਆਈਏ ਚਾਚਾ ਮੈਂ ਥਾਂ, ਖੱਬੂ ਆਵਾਜ਼ ਆਈਏ ਚਾਚਾ ਮੈਂ ਥਾਂ, ਅੱਗੂ ਆਵਾਜ਼ ਆਈਏ ਚਾਚਾ ਮੈਂ ਥਾਂ, ਚੌਗਿਰਦੂ ਆਵਾਜ਼ ਆਈਏ ਚਾਚਾ ਮੈਂ ਥਾਂ, ਮੇਰਾ ਮਜ਼ਲੂਮ ਇਮਾਮ ਬਾਂਦਾ ਬਾਂਦਾ ਕਰਬਲਾ ਦੀ ਤੱਤੀ ਰੇਤ ਬੈਠੇ, ਰੇਤ ਜੋ ਕਾਸਿਮ ਦੇ ਟੁਕੜੇ ਚਾਵਣੇ ਸ਼ੁਰੂ ਕੀਤੇ, ਮੈਂ ਤੇ ਇਹ ਕੁਝ ਪੜ੍ਹ ਸਕਦਾ ਨਹੀਂ, ਹਰਫ ਪੈ ਮਿਲਦੇ ਆਇਓ ਆਪਸ ਵਿੱਚ ਥੀਆ ਇੰਜ ਤਕਸੀਮ, ਕੁਰਾਨੇ ਚੁਣੇ ਪੁਰਦੇ ਦੀਦੀ ਆਇਓ ਕਿਸਮਤ ਦੇ ਕੁੱਲ ਸਾਬਰਾ ਦੇ, ਮੈਂ ਲਖਵਾਰੀ ਨਹੀਂ ਹਰਫ ਪੈ ਮਿਲਦੇ ਆਪਸ ਵਿੱਚ ਥੀਆ ਇੰਜ ਤਕਸੀਮ, ਸੋਹਣੇ ਰਹਿੰਦੇ ਪਿਓ ਤੁਹਾਡੀ ਮੁਕਾਨ ਨੂੰ ਦੇ ਦਿਓ, ਵੈਣ ਸੁਣਾਵਾਂ ਜਿਹੜੇ ਵੈਣ ਵਾਸਤੇ ਮਿਹਨਤ ਕਰ ਆਇਆ, ਮੇਰੇ ਮਜ਼ਲੂਮ ਇਮਾਮ ਨੇ ਕਰਬਲਾ ਦੀ ਰੇਤ ਜੋ ਕਾਸਿਮ ਦੇ ਟੁਕੜੇ ਚਾਏ, ਟੁਕੜੇ ਚਾ ਕੇ ਖੈਮਾ ਦੇ ਪਾਸੇ ਤੁਰਨਾ ਸ਼ੁਰੂ ਕੀਤੇ, ਦਰਵਾਜ਼ੇ ਤੇ ਖੜੀ ਆਈ ਕਾਸਿਮ ਦੀ ਮਾਂ ਦੇ ਕੇ, ਆ ਜੀ ਹੁਸੈਨ ਵੀ ਅੱਲਾ ਦੇ ਨਾਂ ਤੇ ਦੱਸਾ ਕਿਆ ਮੇਰੇ ਕਾਸਿਮ ਵਫਾ ਨਹੀਂ ਕੀਤੀ, ਸਯਦਾ ਦਿਨ ਫਰ ਜਾਈ ਅੰਮਾ ਜਿਵੇਂ ਤੇਰੇ ਕਾਸਿਮ ਵਫਾ ਕੀਤੀ ਉਵੇਂ ਕਹਿਣ ਕੀਤੀ, ਬੀਬੀ ਰੋ ਕੇ ਆਦੀਏ ਜਿਹੜਾ ਵੀ ਸ਼ਹੀਦ ਸ਼ਹੀਦ ਹੋਏ ਤੂੰ ਲਾਸ਼ ਕੈਮੇ ਵਿੱਚ ਗਿਣਾ ਹੈ, ਮੇਰੇ ਕਾਸਿਮ ਦੀ ਲਾਸ਼ ਕੀਤਾ ਹੈ, ਬੀਬੀ ਰੋ ਕੇ ਆਦੀਏ ਹੁਸੈਨ ਵੀਰ ਕਿਆ ਮੇਰੇ ਕਾਸਿਮ ਨੂੰ ਮਕਤਲ ਦਫਨਾਇਓ, ਸ਼ਰੀ ਮੁਕਾਣੀਓ ਜਰਾ ਮਕਤਲ ਦਫਨਾਵਣ ਦਾ ਨਾਮ ਹੈ, ਮੇਰਾ ਮਜ਼ਲੂਮ ਇਮਾਮ ਨੇ ਮਾਤਮ ਕਰਨਾ ਸ਼ੁਰੂ ਕੀਤੇ, ਬਾਂਦਾ ਬਾਂਦਾ ਮਿੱਟੀ ਤੇ ਬੈਠੇ ਵੈਣ ਕਰੇਂਦਾ ਤੇ ਰੋ ਕਿਆ ਦਾ ਭਰ ਜਾਈ ਅੰਮਾ ਕਿਆ ਦੱਸਾਵਾਂ, ਜੇ ਦਫਨ ਦੇ ਕਾਬਿਲ ਆਇਓ ਲਾਸ਼ ਹੋਦੀ ਆਦਾ ਬਨ ਵਿੱਚ ਮੈਂ ਦਫਨਾਏ ਕੁੱਲ ਲਾਸ਼ ਦਾ ਮੈਂ ਕੋ ਆਇਓ ਅੱਧ ਮਿਲਈ ਬਾਕੀ ਬਣ ਗਈ ਏ ਖਾ, ਸ਼ਰੀਮ ਮੁਕਾਣੀਓ ਤੁਹਾਡੇ ਵੈਣਾਂ ਨੂੰ ਦੇਖ ਕਿਉਂ ਵੈਣ ਸੁਣਾਵਾਂ, ਔਖਾ ਤੇ ਭਾਵੇਂ ਸੌਖਾ ਗਿਣੇ ਮੇਰਾ ਮਜ਼ਲੂਮ ਇਮਾਮ ਕਾਸਿਮ ਦੇ ਟੁਕੜੇ ਖੈਮਾ ਦੇ ਅੰਦਰ, ਬੀਬੀਆਂ ਦੇ ਵੈਣ ਬੁਲੰਦ ਹੋਏ ਆਖਰੀ ਵੈਣ, ਬੀਬੀਆਂ ਨੇ ਮਾਤਮ ਕਰਨਾ ਸ਼ੁਰੂ ਕੀਤੇ, ਸਾਰੀਆਂ ਬੀਬੀਆਂ ਰੋਂਦੀਆਂ ਪਈਆਂ, ਜਾ ਚਾਨਾ ਕਾਲੀਆ ਸੈਣ ਦੀ ਦੀਦ ਪਈ ਹੈ, ਕਾਸਿਮ ਦੀ ਮਾਂ ਏ ਕਾਸਿਮ ਦਾ ਇੱਕ ਟੁਕੜਾ ਚੈਂਦੀ ਏ ਚੁੰਮ ਕੇ ਜ਼ਮੀਨ ਤੇ ਰੱਖੇਂਦੀ ਏ, ਵੱਲ ਵੀ ਆ ਟੁਕੜਾ ਚੈਂਦੀ ਏ ਚੁੰਮ ਕੇ ਜ਼ਮੀਨ ਤੇ ਰੱਖੇਂਦੀ ਏ, ਆਲੀਆ ਸੈਣ ਦੀ ਅਕਲ ਆਈਏ ਭਰ ਜਾਈਏ ਮੈਂ ਕਿਆ ਪੈ ਕਰੇਂਦਿਆਂ, ਜਦ ਆਲੀਆ ਸੈਣ ਇਹ ਗੱਲ ਕੀਤੀ ਏ ਉਸ ਵੇਲੇ ਮੇਰੀ ਸੈਣ ਮਾਤਮ ਹੀ ਕਰੇਂਦੀ ਏ ਤੇ ਰੋ ਕੇ ਆਦੀ ਏ ਆਲੀਆ ਸੈਣ ਕਿਆ ਦੱਸਾਵਾਂ ਬੈਠੀ ਪਰ ਗੁਗੁਲੇਂਦੀ ਆ ਆਇਓ ਚਿਹਰੇ ਦੇ ਮੂੰਹ ਪੁਤਾਰ ਦਾ ਚੁੰਦੀ ਆਇਓ ਹਾਮੀ ਬੀਬੀਆ ਦੀਏ ਮੈਕੂ ਨਹੀਂ ਲੱਭਦੇ ਰੁਖਸਾਰ ਬਣੇ ਦੇ ਮੈਂ ਡਿੱਠੇ ਨੰਬਰ ਤੁਸੀਂ ਮਾਤਮ ਕਿਉਂ ਪੈ ਕਰੇਂਦੇ ਹੋ ਤੁਸੀਂ ਵੈਣ ਕਿਉਂ ਪੈ ਕਰੇਂਦੇ ਹੋ, ਬੀਬੀ ਨੇ ਸਵੈਣ ਕੀਤਾ ਅੱਲਾ ਦਾ ਹਰ ਸ਼ਾਲ ਹੈ ਕਰਬਲਾ ਦੀ ਧਰਤੀ ਤੇ ਜ਼ਲਜ਼ਲ ਆਏ, ਬੀਬੀ ਰੋ ਕੇ ਆਦੀਏ ਮੈਕੂ ਨਹੀਂ ਲੱਭਦਾ ਹੱਥ ਗਾ